पाक ग्रामोफोन एजेंसी झंग की जानब से मार इकबाल आपकी खिदमत में हाजिर है और सलाम अर्ज करता है। समीन, मौसीकी की दुनिया में मंसूर अली मलंगी का नाम एक रोशन सितारे की तरह चमकता रहेगा। हर फनकार एक मौज की मानद है, लेकिन कुछ मौजें ऐसी होती हैं अगर मचल जाने पे आ जाएं तो सूरत तूफ़ान और ठहर जाएं तो सुकूत बेकरां। ये फनकार मोहब्बतों का अमीन और चाहतों का मज़र है। ये फनकार हमारी धरती पर एक फूल की मानद है जिसने गुलिस्तान की सूरत इख्तियार कर ली। मंसूर अली मलंगी अपनी ज़ात में एक बज़्म है। इस फनकार ने अपने दामन में ज़माने के दुखों को समेट कर लोगों को खुशियां बांटना अपना मिशन बना रखा है। आइए मंसूर अली मलंगी की आवाज़ में कैसर अब्बास भट्टी, जो हमारे डिस्ट्रिक्ट के नामवर शायर हैं, उनका कलाम सुनते हैं। मोहतरम सामेईन, सलाम अलैकुम। अर्ज ये है, हर किस्म का गाना सुने है तो ये भी गाना है। मैं मान है कैसर भट्टी का, मिर्जा गफार का शौक है कि इसका प्रचार होना चाहिए है। तो मैनू हुक्म दिते ने मंसूर, तू सुरां नाल दस भई मेहमान टुरन लगे तो कितनी एक तकलीफ होंदी है, तो कैसर भट्टी उसनू रोकदा किस तरह है। मेहरबानी, तवज्जो दिओ। इकला थी तैयार ना वन, मसीहा छोड़ बीमार ना वन, मसीहा छोड़ बीमार ना वन। सजन सरवर दिया बंद सदका सावन सलून पार नावन। हिकला थी तैयार नावन, पिठल सावन सलून पार नावन। कला थी तैयार नावन, मसीहा छोड़ के बीमार नावन। सदन सरवर दियां वैंद सदका, मिठा सावल सलूना पार नावन। बेले कहीं माया वल वल सड मारन, तेन सिख दिया बही माया वल वल सड मारन सड मारन। वो तेनू
ਮਹਿਮਾਨ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਮੈਥੇ ਕਰਵਾਨੀ ਇੱਕ ਐਸਾਨ ਸਜਣ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਮੇਰਾ ਲਾਜ਼ੇ ਦਾ ਅਰਬੀ ਪਿੰਡ ਮਾਇਆ ਏਡੋ ਤੂੰ ਤੁਰਸੇ ਉਦੋਂ ਤੁਰਸੀ ਜਿੰਦ ਮਾਇਆ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਮੇਰਾ ਲਾਜ਼ੇ ਦਾ ਮੈਥੇ ਕਰਵਾਨੀ ਇੱਕ ਐਸਾਨ ਸਜਣ ਮੇਰਾ ਲਾਜ਼ੇ ਦਾ ਮੇਰਾ ਲਾਜ਼ੇ ਦਾ ਮਹਿਮਾਨ ਇਸੇ ਵਾਸਤੇ ਸੱਟ ਖਤੇ ਹੋਈ ਮੈਂ ਤੜਪ ਤੜਪ ਕੇ ਸੜ ਮਾਰੇ ਨਾ ਕੱਖ ਅਹਿਸਾਸ ਕੀਤੋਈ ਕਿਹੜੇ ਮਾਣਸੇ ਤੇਰੀਆਂ ਸੰਗਤਾਂ ਤੇ ਨਚਨ ਪਾਸਾ ਕਿਹੜੇ ਮਾਣਸੇ ਤੇਰੀਆਂ ਸੰਗਤਾਂ ਤੇ ਚਨ ਪਾਸਾ ਪਰਤ ਦਿੱਤੋਈ ਦੇਹਨੀ ਵੇਖ ਕੇ ਕੈਸਰ ਦੇ ਸੰਗਤ ਦੇ ਲੈਕ ਜਤੋ ਤੂੰ ਡਰਵੇਂ ਸੇ ਮੈਂ ਰੁਲਵੇਂ ਸਾਂ ਅੱਜ ਲੱਖ ਹਾਥੀ ਬੇਮੁੱਲਵੇਂ ਸਾਂ ਫੁੱਲਾਂ ਦਾ ਹਾਰ ਹੋਵੇ ਆ ਵੀ ਤਦਾਂ ਪਾਉਂਦੇ ਨੂੰ ਜਦਾਂ ਸੱਜਣਾ ਦਾ ਭਾਰ ਹੋਵੇ ਤੂੰ ਤੁਰਵੇਂ ਸੇ ਮੈਂ ਰੁਲਵੇਂ ਸਾਂ ਅੱਜ ਲੱਖ ਹਾਥੀ ਬੇਮੁੱਲਵੇਂ ਤੇਰੀਆਂ ਸੰਗਤਾਂ ਤੇ ਬਹੁਮਾਨ ਸਜਣ ਤੇਰੀਆਂ ਸੰਗਤਾਂ ਤੇ ਤੇਰੀਆਂ ਸੰਗਤਾਂ ਤੇ ਬਹੁਮਾਨ ਸਜਣ ਇੱਥੇ ਕਰਵਨ ਇੱਕ ਐਸਾਨ ਸਜਣ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਸਾਂਵਲਾ ਰੰਗ ਉਤਨੇ ਨਸ਼ਰਾਬੀ
ਪਤਲਾ ਪਤੰਗ ਇਸ ਨਿਮੇ ਨਿਮੇ ਹਾਸੇ ਜਿਵੇਂ ਛਲਕੇ ਜਾਮ ਸ਼ਰਾਬ ਹੈ ਪਤਲਾ ਪਤੰਗ ਹੈ ਪਤਲਾ ਪਤੰਗ ਇਸ ਨਿਮੇ ਨਿਮੇ ਹਾਸੇ ਜਿਵੇਂ ਛਲਕੇ ਜਾਮ ਸ਼ਰਾਬ ਉਹ ਭਰਪੂਰ ਸ਼ਬਾਬੇ ਸੌ ਰੱਬ ਦੀ ਕੈਸਰ ਆਦਾਏ ਤੱਕਣਾ ਯਾਰ ਸਵਾਬ ਮੀਂਹ ਖਰਿਓ ਤਿਆ ਸਕਦਾ ਏ ਵਿਛੋੜਾ ਬੇਲੀ ਦਾ ਕਿਹੜਾ ਬੰਦਾ ਪਚਾ ਸਕਦਾ ਮੇਰਾ ਨਾਜ਼ੇ ਦਾ ਮਹਿਮਾਨ ਸਜਣ ਮੇਰਾ ਨਾਜ਼ੇ ਤੇਰੇ ਬਾਦ ਸੀ ਵਤਨ ਉਦਾਸ ਵੈਸੀ ਤੇਰੇ ਬਾਦ ਸੀ ਵਤਨ ਉਦਾਸ ਵੈਸੀ ਟੁੱਟ ਦੁਖੀਆਂ ਦੀ ਹਰ ਆਸ ਵੈਸੀ ਮੇਰੇ ਜੰਗ ਦੀ ਤੂੰ ਪਹਿਚਾਨ ਸਜਣ ਮੇਰੇ ਜੰਗ ਦੀ ਤੂੰ ਪਹਿਚਾਨ ਸਜਣ ਮੈਥੇ ਕਰ ਮਨ ਇੱਕ ਏਸਾਨ ਸਜਣ ਮੇਰਾ ਲਾਜ਼ੇ ਦਾ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਜਾਣਦਾ ਮੇਰੀ ਨਹੀਂ ਨਿਭਦੀ ਇਸ ਵਾਸਤੇ ਜ਼ੁਲਮ ਚੱਕਰਦਾ ਜਦ ਨਾਲ ਰਕੀਬ ਦੇ ਟੁਰਦਾ ਦਿਲ ਅੰਦਰੋਂ ਅੰਦਰੀ ਸੜਦਾ ਏ ਵੀ ਜਾਣਦਾ ਏ ਵੀ ਉਹ ਸਾਡਾ ਨਹੀਂ ਦਿਲ ਉਸੇ ਦੇ ਕਲਮੇ ਭਰਦਾ ਇਹ ਵੀ ਜਾਣਦਾ ਹਾਂ ਉਹ ਸਾਡਾ ਨਹੀਂ ਦਿਲ ਉਸੇ ਦੇ ਕਲਮੇ ਭਰਦਾ ਮਲ ਮਲ ਦਾ ਥਾਨ ਹੋਇਆ ਮਲ ਮਲ ਦਾ ਥਾਨ ਹੋਇਆ ਉਸੇ ਦੇ ਬਣ ਗਿਆ ਜਿਹੜਾ ਸਮੇਂ ਜੋ ਬੇਈਮਾਨ ਹੋਇਆ ਇਹ ਵੀ ਇਹ ਵੀ
ਓ ਸਾਡਾ ਨਹੀਂ ਦਿਲ ਉਸੇ ਦੇ ਕਲਮੇ ਪੜਦੇ ਉਹਨੂੰ ਆਖੋ ਹੁਣ ਤਾਂ ਰਸ ਜਾਵੇ ਨਹੀਂ ਤਾਂ ਕੈਸਰ ਅੱਜ ਕੱਲ ਮਰ ਗਏ ਮੇਰੇ ਦਿਲ ਦਾ ਚੈਨ ਕਰਾਰ ਹੈ ਤੂੰ ਮੇਰੇ ਚਮਨ ਦੀ ਢੋਲ ਬਹਾਰ ਹੈ ਤੂੰ ਮੇਰੇ ਦਿਲ ਦਾ ਚੈਨ ਕਰਾਰ ਹੈ ਤੂੰ ਇਹ ਸੋਹਣਿਆਂ ਦਾ ਚੈ ਚਲ ਚਾਲ ਚਲਾਕ ਚਲ ਤੇਰਾ ਦਿਲਦਾਰਾ ਦਿਲ ਬੰਦਾ ਖਿਲ ਹੱਸ ਸ਼ੋਖੀ ਤਲਖੀ ਤੁਰਸ਼ੀ ਹਰ ਇੱਕ ਹਾਲ ਪਸੰਦਾ ਮਨ ਮੋਣਾ ਮਨ ਠਾਰ ਮਾਇਓ ਮਨ ਮੀਤ ਮਿੱਠਾ ਗੁਲਕੰਦਾ ਡਰ ਆਏ ਬਾਲ ਝਿਣਕ ਨ ਦੇ ਝਿਣਕ ਨ ਦੇ ਡਰ ਲੱਗਦਾ ਏ ਦੌਲਤ ਮੰਦਾ ਕੁੰਡੀ ਜਰੀ ਬਾਂਦੀ ਅਮੀਰ ਗਰੀਬ ਦਿਨ ਸਾਰੀ ਖੇਡ ਨਸੀਬ ਮੇਰੇ ਚਮਨ ਦੀ ਢੋਲ ਬਹਾਰ ਹੈ ਤੂੰ ਮੇਰੇ ਦਿਲ ਦਾ ਚੈਨ ਕਰਾਰ ਹੈ ਤੂੰ ਹੈ ਸੋਹਣਿਆਂ ਦਾ ਸੁਲਤਾਨ ਸਜ ਮੈਥੇ ਕਰਵਾਨ ਇੱਕ ਐਸਾਨ ਸਜਣ ਮੇਰਾ ਲਾਜ਼ੇ ਦਾ ਮਹਿਮਾਨ ਸਜਣ ਮਨ ਵਾਸ ਤਾ ਵਤਨ ਨਾ ਛੋੜੇ ਦੱਸੇ ਦੀਆਂ ਨੀ ਤੂੰ ਪਿਆਰ ਦੀ ਸਾਂਝ ਮੁਕਾਉਂਵੇਂ ਮੈਨੂੰ ਤੱਕ ਪਿਆ ਲੱਗਦਾ ਹੈ ਜਨਮਾਈ ਸੰਗ ਗੈਰ ਦੇ ਨਾਲ ਰਲਾਉਂਵੇਂ
ਦਰਵਾਜ਼ੇ ਖੁੱਲਵੇਂ ਦਿਨ ਅਣਜਾਣੂਆਂ ਸਫਰਾਂ ਵਿੱਚ ਸਹਿ ਸਿਆਣੇ ਭੁੱਲਵੇਂ ਦਿਨ ਮੈਨੂੰ ਪੱਕ ਪਿਆ ਲੱਗਦੀ ਲੱਗਦੀ ਸੰਗ ਗੈਰਤ ਨਾਲ ਰਲਾਉਂਦੇ ਮੇਰੀ ਔਖੀ ਨਾ ਆਪਣੇ ਨੂੰ ਲਜਵਾਉਂਵੇਂ ਕਹਿ ਸਰਤਾ ਵਤਨ ਨੂੰ ਛੋੜ ਦੇਸੀ ਕਹਿੰਦਾ ਦੇਸ ਤੂੰ ਢੋਲ ਵਸਾਉਂਵੇਂ ਰੰਗ ਲਾਇਆ ਖੇਸਾਂ ਤੇ ਕੈਸਰ ਟੁਰ ਵੈਸੀ ਉਹਦਾ ਕਿਹੇ ਦੇਸਾਂ ਮਨ ਵਾਸਤਾ ਵਤਨ ਨਾ ਛੋੜਿਆ ਬਚਪਨ ਦੇ ਪਿਆਰ ਨਾ ਤੋੜਿਆ ਮਨ ਵਾਸਤਾ ਮਨੀ ਹੱਥੇ ਰੁਮਾਲਾ ਸੇ ਸਦਨ ਦੇ ਬੇਲੀਆਂ ਵੋ ਜਦਾ ਨਿੱਕੇ ਨਿੱਕੇ ਵਾਲਾ ਸਦਨ ਦੇ ਬੇਲੀ ਜਦਾ ਨਿੱਕੇ ਨਿੱਕੇ ਓ ਬਾਲਾ ਸੇ ਮਨੂ ਸਰਦੀ ਜਿੰਦ ਜਾਨ ਸਜਣ ਤੂੰ ਕਹਿ ਸਰਦੀ ਜਿੰਦ ਜਾਨ ਸਜਣ ਮੈਂ ਕਰਵਾਨੀ ਹੈ ਤੂੰ ਇਹਸਾਨ ਸਜਣ ਮੇਰਾ ਲਾਜ਼ੇਦਾ ਮੇਰਾ ਲਾਜ਼ੇਦਾ। ਪਾਕ ਰਾਮਫੂਲ ਏਜੰਸੀ ਜੰਗ ਕੋ ਯੇ ਐਜ਼ਾਜ਼ ਹਾਸਿਲ ਹੈ ਕਿ ਉਸਨੇ ਮੌਸੀਕੀ ਮੇ ਔਰ ਸ਼ਾਇਰੀ ਮੇ ਸੁਣਨੇ ਵਾਲੋਂ ਕੋ ਬਹੁਤ ਸੇ ਫਨਕਾਰ ਔਰ ਸ਼ਾਇਰ ਦੀਏ। ਯੇ ਖਿਦਮਤ ਅਬ ਤੱਕ ਜਾਰੀ ਹੈ। ਨਈ ਆਵਾਜ਼ੇ ਅੱਛੀ ਆਵਾਜ਼ੇ ਇਸੀ ਸੂਰਤ ਮੇਂ ਬਣ ਸਕਤੀ ਹੈਂ ਕਿ ਆਪ ਉਨ੍ਹੇਂ ਸ਼ਰਫ਼ੇ ਕਬੂਲੀਅਤ ਬਖਸ਼ੇ ਔਰ ਪਸੰਦ ਫਰਮਾਏ।